ਦੇਖੋ ABB ਸੰਜਾ Tata Sky ਚੈਨਲ ਨੰਬਰ 19298 ਪੰਜਾਬ ਦੇ ਵਿੱਚ ਕੀ ਵਿਕਾਸ ਦੇ ਨਾਮ ਤੇ ਵੋਟਾਂ ਮਿਲ ਨਹੀਂ ਆ ਬੰਦ ਹੋ ਗਈਆਂ ਨੇ ਇਹ ਸਵਾਲ ਇਸ ਲਈ ਕਿਉਂਕਿ ਅੱਜ ਕੱਲ ਮਿਸ਼ਨ ਪੰਜਾਬ ਤੇ ਜੋ ਵੀ ਲੀਡਰ ਨਿਕਲ ਰਿਹਾ ਜੋ ਵੀ ਸਿਆਸੀ ਤੇ ਵਾਅਦੇ ਕਰ ਰਹੀ ਹੈ ਉਹਨਾਂ ਦੀ ਜ਼ੁਬਾਨ ਤੇ ਦੋ ਲਫ਼ਜ਼ ਜ਼ਰੂਰ ਹੁੰਦੇ ਨੇ ਇੱਕ ਮੁਫ਼ਤ ਤੇ ਇੱਕ ਮੁਆਫ਼ ਕਿ ਮੁਫ਼ਤ ਦੇ ਦਿੱਤਾ ਜਾਏਗਾ ਤੇ ਮੁਆਫ਼ ਕਰ ਦਿੱਤਾ ਜਾਏਗਾ ਹੁਣ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੌਰੇ ਤੇ ਸਨ ਤੇ ਉਹਨਾਂ ਨੇ ਮਹਿਲਾਵਾਂ ਦੇ ਬਾਬਤ ਇੱਕ ਐਲਾਨ ਕੀਤਾ ਕਿ ਜੇਕਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਮਹਿਲਾਵਾਂ ਨੂੰ ਪ੍ਰਤੀ ਮਹੀਨੇ 1000 ਰੁਪਿਆ ਦਿੱਤਾ ਜਾਏਗਾ ਉਹਨਾਂ ਨੇ ਐਲਾਨ ਕਰ ਦਿੱਤਾ ਤਾਂ ਸਵਾਲ ਵੀ ਉੱਠ ਰਹੇ ਨੇ ਕਿਉਂਕਿ ਪੰਜਾਬ ਦੇ ਸਿਰ ਵੱਡਾ ਕਰਜ਼ਾ ਹੈ ਤੇ ਇੰਨਾ ਕਰਜ਼ਾ ਹੋਣ ਦੇ ਬਾਅਦ ਜਦੋਂ ਆਰਥਿਕ ਸਥਿਤੀ ਸਹੀ ਨਹੀਂ ਹੈ ਤਾਂ ਫਿਰ ਇਸ ਤਰ੍ਹਾਂ ਦੇ ਵਾਅਦੇ ਵਫਾ ਕਿਵੇਂ ਹੋਣਗੇ ਸਥਿਤੀ ਗੰਭੀਰ ਜ਼ਰੂਰ ਹੈ ਪਰ ਜੋ ਸਿਆਸੀ ਤਿਰ ਨੇ ਸਿਆਸੀ ਲੀਡਰ ਨੇ ਉਹ ਲਗਾਤਾਰ ਵਾਅਦੇ ਕਰ ਰਹੇ ਨੇ ਮੇਰੇ ਨਾਲ ਮੌਜੂਦ ਨੇ ਸਾਡੇ ਸਹਿਯੋਗੀ ਅਸੀਮ ਬਸੀ ਉਹਨਾਂ ਤੋਂ ਜਾਣ ਲੈਣੇ ਆ ਕਿ ਵਾਅਦੇ ਤੇ ਪਾਰਟੀਆਂ ਕਰ ਰਹੀਆਂ ਨੇ ਵਫਾ ਕਿਵੇਂ ਕਰਨਗੀਆਂ ਇਕੋ ਮੈਂ ਕਾਈਂਡ ਆਫ ਰਿਚੂਅਲ ਹੋ ਗਿਆ ਕਿ ਜਦੋਂ ਵੀ ਇਲੈਕਸ਼ਨ ਆਉਂਦਾ ਹੈ ਤੇ ਸਾਰੀਆਂ ਪਾਰਟੀਆਂ ਨਿਕਲ ਆਉਂਦੀਆਂ ਬਾਹਰ ਕੀ ਆ ਕੇ ਨਵੇਂ-ਨਵੇਂ ਪ੍ਰੋਮਿਸਸਸ ਕਰ ਦੋ ਨਵੇਂ-ਨਵੇਂ ਵਾਅਦੇ ਕਰ ਦੋ ਚਾਹੇ ਪੁਰਾਣੇ ਮੈਨੀਫੈਸਟੋ ਵਾਲਾ ਉਹਨਾਂ ਨੇ ਦੁਬਾਰਾ ਵੇਖਿਆ ਵੀ ਨਾ ਹੋਵੇ ਜਦੋਂ ਵੋਟਾਂ ਲਈਆਂ ਉਦੋਂ ਮੈਨੀਫੈਸਟੋ ਦਿਖਾ ਦਿੱਤਾ ਤੇ ਕਈ ਪ੍ਰੋਮਿਸਸਸ ਪੂਰੇ ਨਹੀਂ ਕੀਤੇ ਔਰ ਐਂਡ ਦੇ ਵਿੱਚ ਆ ਕੇ ਫੇਰ ਆ ਕੇ ਤੁਸੀਂ ਨਵੇਂ ਪ੍ਰੋਮਿਸਸਸ ਕਰ ਦੋ ਲੋਕਾਂ ਨੂੰ ਇਹ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਇਹ ਕੱਲ ਚਾਹੇ ਆਮ ਆਦਮੀ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦੋ ਹੋਵੇ ਕਾਂਗਰਸ ਪਾਰਟੀ ਹੋਵੇ ਹਰ ਪੋ ਆਕੇ ਅਜਕਲ ਫਰੀ ਬੀਜ਼ ਦਾ ਕਲਚਰ ਹੋ ਗਿਆ ਪੰਜਾਬ ਦੇ ਵਿੱਚ ਔਰ ਕੱਲ ਜਿਸ ਤਰ੍ਹਾਂ ਕੇਜਰੀਵਾਲ ਆਏ ਸਕੇ ਉਹਨਾਂ ਨੇ ਅਨਾਉਂਸ ਕੀਤਾ ਕਿ एवरीवन विल ਗੇਟ 1000 ਰੁਪੀਜ਼ ਜਿਹਨਾਂ ਦੀ 18 ਸਾਲ ਤੋਂ ਉਪਰ ਉਮਰ ਹੈ ਆਈ ਥਿੰਕ ਜੇ ਆਪਾਂ 2017 ਦੀ ਦੇਖੀ ਜਾਏ ਤਾਂ ਫੀਮੇਲ ਵੋਟਰਸ 94 ਲੱਖ ਸਕੇ ਪੰਜਾਬ ਦੇ ਵਿੱਚ 2017 ਦੇ ਇਲੈਕਸ਼ਨ ਦੇ ਵਿੱਚ ਤੇ ਆਬਵੀਅਸਲੀ ਉਹਨੂੰ ਗੇਨ ਹੋਇਆ ਹੋਵੇ ਤੇ ਮੈਨ ਲੇਟ ਗੋਜ਼ ਇਨਟੂ ਮੋਰ ਦਨ 100 ਕਰੋੜਸ ਤੇ ਸਟੇਟ ਦੇ ਇਕਨੋਮਿਕਸ ਵੀ ਦੇਖ ਰਹੇ ਹਾਲਾਂਕਿ ਉਹਨਾਂ ਨੇ ਜਸਟੀਫਾਈ ਕੀਤਾ ਕਿ ਤਾਂ ਕਿ ਮਾਫੀਆ ਜਿਹੜਾ ਚੱਲ ਰਿਹਾ ਹੈ ਜਾਂ ਜਿਹੜੇ ਦੂਸਰੇ ਹੱਥਾਂ 'ਚ ਪੈਸੇ ਜਾ ਰਹੇ ਉਹ ਸਭ ਨੂੰ ਬੰਦ ਕਰਕੇ ਆਪਾਂ ਕਰਾਂਗੇ ਲੇਕਿਨ ਮਤਲਬ ਵੀ ਫੇਲ ਟੂ ਅੰਡਰਸਟੈਂਡ ਕਿ ਇਹ ਸਾਰਾ ਕੁਝ ਕੋਈ ਵੀ ਪੋਲਿਟਿਕਲ ਪਾਰਟੀ ਨਾਟ ਸਪੈਸ਼ਲੀ ਇੱਕ ਪਾਰਟੀ ਇਲੈਕਸ਼ਨ ਜਦੋਂ ਨੇੜੇ ਆਉਂਦੇ ਉਦੋਂ ਹੀ ਕਿਉਂ ਅਨਾਉਂਸ ਕਰਦੀ ਹੈ ਜਦੋਂ ਹੁਣ ਆਪਾਂ ਦੇਖ ਰਹੇ ਹਾਂ ਕਿ ਲੈਸ ਦਨ 2 2 ਮੰਥਸ ਹੈਗੇ ਨੇ ਆਲਮੋਸਟ 2 ਮੰਥਸ ਨੇ ਕੋਡ ਲੱਗ ਜਾਏਗਾ ਐਸਮੀਨ ਡਿਸੰਬਰ ਐਂਡਸ ਜਾਂ ਜਨੂਅਰੀ ਫਰਸਟ ਵੀਕ ਦੇ ਵਿੱਚ ਸੋ ਲੁਕਿੰਗ ਐਟ ਦ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੇ ਹਰ ਪਾਰਟੀ ਗੱਲ ਕਰਦੀ ਹੈ ਪੰਜਾਬ ਕਰਜ਼ ਦੇ ਵਿੱਚ ਹੈ ਕਰਜ਼ ਦੇ ਵਿੱਚ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਕਰਨਾ ਬੜਾ ਇੱਕ ਮੇਜਰ ਟਾਸਕ ਰਹੇਗਾ ਮਤਲਬ ਜੋ ਵੀ ਤੁਸੀਂ ਪ੍ਰੋਮਿਸ ਕਰ ਰਹੇ ਹੋ ਉਹਨੂੰ ਡਿਲੀਵਰ ਕਰਨਾ ਬੜਾ ਮੁਸ਼ਕਲ ਰਹੂਗਾ ਇਹਨਾਂ ਹਾਲਾਤਾਂ ਦੇ ਵਿੱਚ ਹਾਲਾਂਕਿ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਅਸੀਂ ਕਰਾਂਗੇ ਐਂਡ ਚਲੋ ਲੋਕ ਟਰਸਟ ਕਰਦੇ ਆ ਕਿ ਨਹੀਂ ਕਰਦੇ ਉਹ ਬਾਅਦ ਦੀ ਗੱਲ ਹੈ ਲੇਕਿਨ ਜਦੋਂ ਕੋਈ ਪੋਲੀਟੀਸ਼ਨ ਪ੍ਰੋਮਿਸ ਕਰ ਦਿੰਦੇ ਨੇ ਤੇ ਲੋਕ ਉਮੀਦ ਜ਼ਰੂਰ ਕਰਦੇ ਆ ਵੀ ਇਹਨਾਂ ਨੇ ਜੋ ਗੱਲ ਕਹੀ ਹੈ ਉਹ ਪੂਰੀ ਕੀਤੀ ਜਾਵੇ ਬਿਲਕੁਲ ਇੱਕ ਗੱਲ ਇਹ ਹੈ ਕਿ ਜਦੋਂ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰਦੇ ਖਾਸ ਕਰਕੇ ਮਹਿਲਾਵਾਂ ਦਾ ਜ਼ਿਕਰ ਕੀਤਾ ਜਦੋਂ ਆਪਾਂ ਮਹਿਲਾਵਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਰੋਜ਼ਗਾਰ ਚਾਹੀਦਾ ਸਾਡੇ ਬੱਚਿਆਂ ਨੂੰ ਨੌਕਰੀ ਮਿਲੇ ਸਾਨੂੰ ਜਿਹੜੀਆਂ ਮੁਫਤ ਖੋਰੀ ਦੀਆਂ ਆਦਤਾਂ ਨਾ ਪਾਈਆਂ ਜਾਣ ਪਰ ਕਿਉਂਕਿ ਲੀਡਰ ਵਾਰ-ਵਾਰ ਇਹ ਵਾਅਦਾ ਕਰਦੇ ਨੇ ਉਹਨਾਂ ਨੂੰ ਵੀ ਇਸ ਦਾ ਅੰਦਾਜ਼ਾ ਹੋਏਗਾ ਕਿ ਇਸ ਦਾ ਅਸਰ ਜ਼ਰੂਰ ਹੁੰਦਾ ਹੈ ਤੇ ਕਿਵੇਂ ਇਸ ਨੂੰ ਦੇਖਿਆ ਜਾਏ ਕਿ ਹੁਣ ਜੋ ਵਾਅਦਾ ਹੈ ਇਹ ਕਿੰਨਾ ਮਤਲਬ ਇਹ ਜੋ ਮੁਫਤ ਖੋਰੀ ਦੀ ਅਗਰ ਆਦਤ ਦੀ ਜੇਕਰ ਆਪਾਂ ਗੱਲ ਕਰਦੇ ਆਂ ਤੇ ਹਰ ਪਾਰਟੀ ਵਾਅਦੇ ਕਰ ਰਹੀ ਹੈ ਤੇ ਕੁਝ ਸੋਚ ਕੇ ਹੀ ਸਰਵੇਖਣ ਆਈ ਥਿੰਕ ਕਈ ਵਾਰੀ ਪਾਰਟੀਆਂ ਦੇ ਰੈਟਰ ਇਸਿਊ ਪੈ ਜਾਂਦੀਆਂ ਵੀ ਉਹਨਾਂ ਨੇ ਅਨਾਉਂਸ ਕਰਤਾ ਅਸੀਂ ਵੀ ਕਰਦੀਏ ਉਹਨਾਂ ਨੇ ਕਰਤਾ ਅਸੀਂ ਵੀ ਕਰਦੀਏ ਮਤਲਬ ਜੇ ਵਾਦਿਆਂ ਦੀ ਗੱਲ ਕੀਤੀ ਜਾਏ ਤੇ ਆਈ ਥਿੰਕ 2017 ਦੇ ਵਿੱਚ ਬੜੀ ਥੰਪਿੰਗ ਮੈਜੋਰਟੀ ਦੇ ਨਾਲ ਕਾਂਗਰਸ ਗਵਰਨਮੈਂਟ ਬਣੀ ਸੀ ਲਾਈਕ ਦੇ ਗਾਟ ਆਰਾਊਂਡ 77 ਸੀਟਸ ਉਸ ਤੋਂ ਬਾਅਦ ਹੁਣ ਉਸ ਤੋਂ ਹੋਰ ਐਡ ਆਨ ਹੋ ਗਏ ਸੀ ਲੋਕ ਔਰ ਜੇ ਉਹਨਾਂ ਦਾ ਮੈਨੀਫੈਸਟੋ ਅੱਜ ਵੀ ਕੱਟ ਕੇ ਦੇਖ ਲਈਏ ਕਾਂਗਰਸ ਗਵਰਨਮੈਂਟ ਦਾ ਤੇ ਕਾਫੀ ਸੇ ਵਾਦੇ ਨੇ ਜਿਵੇਂ ਤੁਸੀਂ ਅਨਪਲੋਇਮੈਂਟ ਦੀ ਗੱਲ ਕੀਤੀ ਤੇ ਕਾਂਗਰਸ ਨੇ ਗੱਲ ਕੀਤੀ ਸੀ ਕਰ ਕਰ ਨੌਕਰੀ ਦੀ ਤੇ ਮੈਨੂੰ ਤਾਂ ਨਹੀਂ ਲੱਗਦਾ ਹਰ ਘਰ ਚ ਪੰਜਾਬ ਦੇ ਵਿੱਚ ਨੌਕਰੀ ਮਿਲੀ ਐ ਅਸੀਂ ਜਾਣਦੇ ਆ ਅਸੀਂ ਲੋਕਾਂ ਨੂੰ ਮਿਲਦੇ ਆ ਸਾਰੀਆਂ ਟੀਮਸ ਵੀ ਜਾਂਦੀਆਂ ਨੇ ਵੀ ਹਰ ਘਰ ਘਰ ਨੌਕਰੀ ਦਾ ਮਤਲਬ ਐ ਪੰਜਾਬ ਦੀ ਹਰ ਫੈਮਿਲੀ ਦੇ ਵਿੱਚ ਇੱਕ ਇੱਕ ਜਿਹੜੀ ਜੌਬ ਮਿਲੇਗੀ ਤੇ there are around 60 lakh families in Punjab ਤੇ ਮੈਨੂੰ ਲੱਗਦਾ 60 ਲੱਖ ਅਸਾਮੀਆਂ ਵੀ ਹੈਗੀਆਂ ਕਿਤੇ ਵੀ ਤੁਸੀਂ ਜੌਬ ਸਾਰਿਆਂ ਨੂੰ ਅਕਮੋਡੇਟ ਕਰ ਸਕੋ ਇਸੇ ਤਰ੍ਹਾਂ Uh, जरा डेट वेवर सका भी किसानी कर्जा माफ किया जाएगा ये एक बड़ा व्डा प्रॉमिस है जो कांग्रेस गवर्नमेंट बननी सी कैंपेन कर रहे थे कैप्टन की फुल डेट वेवर होएगा फुल डेट वेवर की गल हुई फिर उस तो बात क्या भी कोरपोरेट का होएगा बैंक्स का होएगा सारे जिस तरह का भी लोन कोई कि किसान के उ किसान जरा सुसाइड ना करे लेकिन अनफॉर्चुनेटली भी पूरा नहीं होया ਔਰ ਐਂਡ ਦੇ ਵਿੱਚ ਜਾ ਕੇ ਇਹਨਾਂ ਨੇ ਕਹਿਤਾ ਵੀ ਅਸੀਂ 2 ਲੱਖ ਰੁਪਏ ਦੀ SLA ਬਣਾਤੀ ਹੈ ਵੀ ਜਿਹਦਾ ਉੱਤੇ 2 ਲੱਖ ਤੱਕ ਦਾ ਕਰਜ਼ਾ ਹੈਗਾ ਉਹਨਾਂ ਦਾ ਆਪਾਂ ਮਾਫ਼ ਕਰਾਂਗੇ ਬਾਕੀ ਨਹੀਂ ਕਰਾਂਗੇ ਐਂਡਲੈਸ ਲਿਸਟ ਹੈ ਤੁਸੀਂ ਗੱਲ ਕਰ ਲਓ ਫੋਨਸ ਦੀ smartphones ਦੀ ਮਤਲਬ ਮੈਨੂੰ ਨਹੀਂ ਲੱਗਦਾ ਵੀ ਬڑے ਯੂਥਸ ਨੇ ਫਾਰਮ ਪਰ ਹੈ ਸੀਗੇ ਇੱਕ ਕਾਈਂਡ ਆਫ ਇnthusiasm ਸੀਗਾ ਕਿ ਹਾਂ ਪੰਜਾਬ ਇਸ ਗੋਇੰਗ ਪੰਜਾਬ ਗਵਰਨਮੈਂਟ ਵਿਲ ਬੀ ਗਿਵਿੰਗ smartphones ਲੇਕਿਨ ఓਵੀ ਐਂਡ ਆਫ ਦਿ ਡੇ ਜਾ ਕੇ ਤੁਸੀਂ ਪਲੱਸ 1 ਪਲੱਸ 2 ਦੇ ਸਟੂਡੈਂਟਸ ਦਾ ਕਰਤਾ ਪੂਰੇ ਯੂਥ ਨੂੰ ਉਹਦੇ ਵਿੱਚੋਂ ਕੱਟਦਾ ਵੀ ਨਹੀਂ ਤੁਸੀਂ ਇੰਨਾ ਕਰੋਗੇ ਸੋ ਸੂਟੇਬਿਲਟੀ ਦੇ ਹਿਸਾਬ ਨਾਲ ਪੋਲੀਟਿਸ਼ੀਅਨ ਜਿਹੜੇ ਨੇ ਉਹ ਚੇਂਜ ਹੋ ਜਾਂਦੇ ਨੇ ਇਸੇ ਤਰ੍ਹਾਂ ਵੀਆਈਪੀ ਕਲਚਰ ਦੀ ਗੱਲ ਹੋਈ ਸੀ ਕਿ ਪੰਜਾਬ ਗਵਰਨਮੈਂਟ ਵਿਲ ਇਰੇਡੀਕੇਟ ਵੀਆਈਪੀ ਕਲਚਰ ਕਾਂਗਰਸ ਗਵਰਨਮੈਂਟ ਫਾਲੋ ਨਹੀਂ ਕਰੇਗੀ ਉਸ ਨੂੰ ਅਸਦਰ ਦੇ ਮੈਂ ਕਿਹਾ ਸ਼ਾਰਟ ਡਿਸਟੈਂਸ ਵੀ ਹੈ ਤੁਸੀਂ ਦੇਖ ਲਓ ਚੀਫ ਮਿਨਿਸਟਰਸ ਚਾਹੇ ਕਪਟਨ ਮਿੰਦਰ ਸਿੰਘ ਹੋਣ ਫਾਰਮਰ ਚੀਬਨਸ ਹੋਣ ਚਾਹੇ ਚੰਜੀ ਚੰਨੀ ਹੋਣ ਉਹ ਚਾਪਰਸ ਟ੍ਰੈਵਲ ਕਰਦੇ ਨੇ ਐਂਡਾ ਕੈਬਲਕੇਟ ਜਾਂਦਾ ਕਨਵਾਈ ਜਾਂਦੇ ਨੇ ਰੂਟਸ ਲੱਗਦੇ ਨੇ ਉਸੇ ਤਰ੍ਹਾਂ ਇਹ ਗੱਲ ਹੋਈ ਸੀ ਉਦੋਂ ਉਹ ਆਪਾਂ ਇੱਕ ਮੈਨੀਫੈਸਟੋ ਪੂਰਾ ਰੀਡ ਆਊਟ ਵੀ ਕੀਤਾ ਸੀ এবੀਪੀ ਨਿਊਜ਼ ਨੇ ਜਿਸ ਕੈਟਾਗੋਰਿਕਲੀ ਕਿਹਾ ਗਿਆ ਸੀ ਕਿ ਵੀਆਈਪੀ ਕਲਚਰ ਹਟਾਵਾਂਗੇ ਵੀ ਜੇ ਕੋਈ ਵੀਆਈਪੀ ਜਾਂਦਾ ਉਹ ਤੇ ਰੂਟ ਨਹੀਂ ਲੱਗੇਗਾ ਉਹਦਾ ਕਨvoi ਛੋਟਾ ਹੋਊਗਾ ਰੈਡ ਬੀਕਨ ਸਟੇਟਸ ਨਹੀਂ ਹੋਗਾ ਉਹ ਰੈਡ ਬੀਕਨ ਨਹੀਂ ਹੈ ਦੂਜੀਆਂ ਬੱਤੀਆਂ ਕਈ ਲੱਗੀਆਂ ਹੋਈਆਂ ਨੇ ਚਾਪਰ ਅਵੋਇਡ ਕੀਤਾ ਜਾਏਗਾ ਓਨਲੀ ਅਫੀਸ਼ਲ ਜੇ ਜੇ ਲੋਡ ਨਹੀਂ ਹੈ ਤੇ ਸਰਕਾਰੀ ਫੰਕਸ਼ਨ ਜਿੱਥੇ ਵੀ ਹੋਣਗੇ ਉਥੇ ਉਸ ਜ਼ਿਲ੍ਹੇ ਦਾ ਡੀਸੀ ਔਰ ਐਸਐਸਪੀ ਜਾਂ ਪੁਲਿਸ ਕਮਿਸ਼ਨਰ ਨਹੀਂ ਆਉਣਗੇ ਤੇ ਆਪਾਂ ਦੇਖੋ ਹਮਾਰੇ ਸਰਦੇ ਵਿੱਚ ਜਦੋਂ ਵੀ ਡਿਪਟੀ ਸੀਐਮ ਵੀ ਘੁੰਮਦੇ ਆ ਤੇ ਪੁਲਿਸ ਕਮਿਸ਼ਨਰ ਉਥੇ ਤੇ ਹਮਾਰੇ ਸਰਦੇ ਉਹਨਾਂ ਦੀ ਗੱਡੀ ਚੋਂ ਹੀ ਉਤਰਦੇ ਆ ਸੋ ਹਮੇਸ਼ਾ ਹੀ ਨਾਲ ਹੁੰਦੇ ਆ ਸੋ ਐਂਡ ਆਫ ਦਿ ਡੇ ਇਸ ਜਦੋਂ ਮਤਲਬ ਯੂ ਦੇ ਪ੍ਰੋਮਿਸ ਦਾ ਮੂਨ ਲੇਕਿਨ ਜਦੋਂ ਪੂਰੀ ਕਰਨ ਦੀ ਗੱਲ ਆਉਂਦੀ ਹੈ ਉਦੋਂ ਕਾਫੀ ਚੀਜ਼ਾਂ ਰਹਿ ਜਾਂਦੀਆਂ ਨੇ ਹੁਣ ਉਹੀ ਕਾਂਗਰਸ ਗਵਰਨਮੈਂਟ ਦੇ ਵਿੱਚ ਹੋਇਆ ਕਾਫੀ ਚੀਜ਼ਾਂ ਪੂਰੀਆਂ ਨਹੀਂ ਹੋਈਆਂ ਔਰ ਦੈਨ ਚੀਫ ਮਿਨਿਸਟਰ ਨੂੰ ਬਦਲਤਾ ਹੁਣ ਨਵੇਂ ਚੀਫ ਮਿਨਿਸਟਰ ਆਏ ਨੇ ਉਹ ਨਵੇਂ ਵਾਦੇ ਕਰਨੇ ਸ਼ੁਰੂ ਹੋ ਗਏ ਨੇ ਚਾਹੇ ਰੇਤਾ ਦਾ ਵਾਅਦਾ ਕੀਤਾ ਏਵੀਪੀ ਨਿਊਜ਼ ਨੇ ਇੱਕ ਇ 5.5 ਰੁਪਏ ਰੇਤਾ ਤੇ ਕੀ ਮਿਲਣਾ ਉਥੇ ਗੁੰਡਾ ਟੈਕਸ ਤੱਕ ਵਸੂਲਾ ਜਾ ਰਿਹਾ ਔਰ ਜੀਐਮਿੰਿਸਟਰ ਨੂੰ ਜਦੋਂ ਸਵਾਲ ਕੀਤਾ ਮੇਰੇ ਸਹਿਯੋਗੀ ਹਰਪਿੰਦਰ ਨੇ ਤੇ ਕੈਟੈਗੋਰਿਕਲੀ ਚੀਐਮਿੰਿਸਟਰ ਨੇ ਕਿਹਾ ਤਾਂ ਨਹੀਂ ਅੱਜ ਰੇਤਾ ਬਜਰੀ ਦੀ ਗੱਲ ਨਹੀਂ ਕਰਨੀ ਸੋ ਤੁਸੀਂ ਜੋ ਕਹਿ ਰਹੇ ਹੋ ਤੁਸੀਂ ਮੈਨੂੰ ਫੁੱਲਫਿਲ ਕਰੋ ਤਾਂ ਹੀ ਲੋਕਾਂ ਦਾ ਵੈਲਫੇਅਰ ਹੋਏਗਾ ਮਤਲਬ ਤੁਸੀਂ ਠੀਕ ਹੈ ਮਤਲਬ ਵੀ ਵੈਲਕਮ ਇਟ ਤੁਸੀਂ ਪੈਟਰੋਲ ਡੀਜ਼ਲ ਸਸਤਾ ਕਰਤਾ ਤੁਸੀਂ ਬਤੀ ਦਾ ਐਲਾਨ ਕਰਤਾ ਕਿਵੇਂ 3 ਰੁਪਏ ਯੂਨਟ ਘਟਾਉਂਗਾ ਤੁਸੀਂ ਰੇਤਾ ਦਾ ਕਿਹਾ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਔਨ ਗਰਾਉਂਡ ਜਦ ਤੱਕ ਨਹੀਂ ਹੋਊਗੀ ਜਦ ਤੱਕ ਲੋਕਾਂ ਦੀ ਪਾਕਟਸ ਦਾ ਕੋਈ ਫਾਇਦਾ ਨਹੀਂ ਹੈ ਵੀ ਤੁਸੀਂ ਕਰਕੇ ਚਲੇਗੇ ਉੱਥੇ ਲੋਕਾਂ ਨੇ ਤਾਲੀਆਂ ਵੀ ਮਾਰਤੀਆਂ ਲੇਕਿਨ ਜਦੋਂ ਉਹ ਕੁਝ ਸਿਚੁਏਸ਼ਨ ਚੇਂਜ ਹੋਈ ਕੁਝ ਟਾਈਮ ਨਿਕਲ ਗਿਆ ਤੇ ਕੋਈ ਚੀਜ਼ਾਂ ਦਾ ਆਨ ਗਰਾਉਂਡ ਫਰਕ ਨਹੀਂ ਪਿਆ ਬਿਲਕੁਲ ਖਜ਼ਾਨੇ ਦੀ ਗੱਲ ਕਰਦੇ ਤੇ ਆਪਾਂ ਲਗਾਤਾਰ ਸੁਣਦੇ ਆ ਰਹੇ ਕਿ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਪਰ ਜਦੋਂ ਲੀਡਰ ਇਸ ਤਰ੍ਹਾਂ ਦੇ ਵਾਅਦੇ ਕਰਦੇ ਨੇ ਤੇ ਕੀ ਉਹਨਾਂ ਨੂੰ ਉਦੋਂ ਯਾਦ ਨਹੀਂ ਆਉਂਦਾ ਕਿ ਖਜ਼ਾਨਾ ਖਾਲੀ ਹੈ ਕਿਸ ਤਰ੍ਹਾਂ ਨਾਲ ਭਰਿਆ ਜਾਏਗਾ ਜੋ ਵਾਅਦੇ ਉਹ ਕਰ ਦਿੰਦੇ ਨੇ ਆਈ ਥਿੰਕ ਪ੍ਰੈਕਟੀਕੈਲਿਟੀ ਪ੍ਰੈਕਟੀਕਲ ਅਪਰੋਚ ਹੋਣੀ ਚਾਹੀਦੀ ਹੈ ਕਿਸੇ ਵੀ ਗਵਰਨਮੈਂਟ ਦੀ ਕਿਸੇ ਵੀ ਸਰਕਾਰ ਦੀ ਪਾਰਟੀ ਦੀ ਕਿ ਉਹਨਾਂ ਨੂੰ ਪਹਿਲੇ ਆਪਣੇ ਰਿਸੋਰਸਸ ਦੇਖ ਲੈਣੇ ਚਾਹੀਦੇ ਤੁਸੀਂ ਇੰਨਾ ਕੁਝ ਪ੍ਰੋਮਿਸ ਕਰ ਦਿੰਦੇ ਹੋ ਵੀ ਇੰਨਾ ਕੁਝ ਵੀ ਔਰ ਕਈ ਵਾਰੀ ਤੇ ਆਪਾਂ ਦੇਖਿਆ ਵੀ ਏਮਪਲੋਈਜ਼ ਨੂੰ ਤਨਖਾਹਾਂ ਦੇਣ ਨੂੰ ਸਟਰਗਲ ਹੁੰਦੀ ਰਹੀ ਹੈ ਪਿਛਲੀਆਂ ਗਵਰਨਮੈਂਟਸ ਦੇ ਵਿੱਚ ਵੀ ਹੋਣਾ ਹੈ ਕਿ ਵੀ ਆਪਾਂ ਦੇਖਿਆ ਕਈ ਵਾਰੀ ਕ੍ਰਾਈਸਿਸ ਹੁੰਦਾ ਹੈ ਔਰ ਰੋਜ਼ ਟੀਚਰ ਤਰਨੇ ਲਾ ਰਹੇ ਨੇ ਰੋਜ਼ ਡਾਕਟਰਸ ਤਰਨੇ ਲਾ ਰਹੇ ਨੇ ਸੋ ਹਰ ਇਸ਼ੂਜ਼ ਦੇ ਉੱਤੇ ਤੁਸੀਂ ਦੇਖੋ ਨਾ ਸਰਕਾਰ ਅੱਜ ਗਵਰਨਮੈਂਟ ਇਦਾਂ ਦੀ ਸਗੀ ਵੀ एवरी सेक्शन ऑफ सोसाइटी ਜਿਹੜਾ ਉਹ ਪ੍ਰੋਟੈਸਟ ਕਰ ਰਿਹਾ ਸੀਗਾ दैट मींस दैट डिस्ਕਰੈਂਟਲ ਦਾ ਇਹਦਾ ਮਤਲਬ ਹੈ ਕਿ ਜੋ ਉਹਨਾਂ ਨੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ ਡੈਫੀਨਿਟਲੀ ਬਜਟਰੀ ਅਲੋਕੇਸ਼ਨ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਲੇਕਿਨ ਕਿਉਂਕਿ ਮੈਂ दैट आई एम टेलिंग यू ਕਿ ਰੈਟ ਰੇਸ ਹੁੰਦੀ ਹੈ ਇੱਕ ਇੱਕ ਪਾਰਟੀ ਅਨਾਉਂਸ ਕਰਦੀ ਹੈ ਦੂਸਰੀ ਕਰ ਦਿੰਦੀ ਹੈ ਤੀਸਰੀ ਕਰ ਦਿੰਦੀ ਹੈ ਚੌਥੀ ਕਰ ਦਿੰਦੀ ਹੈ ਮਤਲਬ ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਕਿਦਾਂ ਹੋਏਗੀ ਉਹਦੇ ਲਈ ਪੈਸੇ ਕਿੱਥੋਂ ਆਉਣਗੇ process ਕੀ ਹੋਏਗਾ ਫਾਰਮੂਲੇਸ਼ਨ ਕੀ ਹੋਊਗਾ ਉਹ ਨਹੀਂ ਹੈ ਲੇਕਿਨ ਦੇਖੋ 스마트폰 ਤੇ ਸਰਕਾਰ ਮੁਕਰੀ ਕਾਂਗਰਸ ਦੀ ਕਿਉਂ ਮੁਕਰੀ ਆਈ ਫਰ ਪਰਸਨਲੀ ਫੀਲ ਕਿ ਬਜਟ ਕੁਲ ਵੀ ਵਨ ਆਫ ਦਾ ਰੀਜ਼ਨ ਕਰ ਕਰ ਨੌਕਰੀ ਤੇ ਸਰਕਾਰ ਮੁਕਰ ਗਈ ਕਿਉਂ ਮੁਕਰੀ ਬਿਕੋਜ਼ ਉਹਨਾਂ ਨੂੰ ਪਤਾ ਵੀ ਅਸੀਂ ਇੰਨਾ ਰਿਸੋਰਸ ਜਨਰੇਟ ਨਹੀਂ ਕਰ ਸਕਦੇ ਠੀਕ ਹੈ ਕਈ ਇਸ ਤਰ੍ਹਾਂ ਦੇ ਵਾਦੇ ਇਹਨਾਂ ਨੇ ਕੀਤੇ ਸੀ ਮੈਨੀਫੈਸਟੋ ਦੇ ਜਿੱਦ ਤੋਂ ਸਰਕਾਰ ਪਿੱਛੇ ਹਟੀ ਹਾਲਾਂਕਿ ਕਾਂਗਰਸ ਦੇ ਜਿਹੜੇ ਲੋਕ ਨੇ ਅੱਜ ਕੱਲ ਉਪੱਲਾ ਝਾੜ ਲੈਂਦੇ ਮੈਂ ਠੀਕ ਹੈ ਉਹ ਚੀਫ ਮਿਨਿਸਟਰ ਤੇ ਪਾ ਦੋ ਲੇਕਿਨ ਕੈਪਟਨ ਅਮਰਿੰਦਰ ਸਿੰਘ ਵਾਸ ਨਾਟ ਦ ਓਨਲੀ ਵਨ ਹੂ ਵਾਸ ਰਨਿੰਗ ਦ ਗਵਰਨਮੈਂਟ ਤੁਹਾਡੇ ਨਾਲ ਪੂਰੀ ਕੈਬਨਿਟ ਸੀਗੀ ਤੁਸੀਂ ਸਾਰੇ ਲੋਕ ਸੀਗੇ ਹਰ ਹਲਕੇ ਦੇ ਵਿੱਚ ਕਾਂਗਰਸ ਦੇ ਬੰਦੇ ਨੇ ਜਾ ਕੇ ਵੋਟ ਮੰਗੀ ਸੀ ਔਰ ਉਹੀ ਪ੍ਰੋਮਿਸ ਦੁਹਾਰੇ ਸੀ ਜਾ ਕੇ ਜਿਹੜੇ ਮੈਨੀਫੈਸਟੋ ਦੇ ਵਿੱਚ ਸੀਗੇ ਔਰ ਮੈਨੀਫੈਸਟੋ ਕਮੇਟੀ ਬਣੀ ਸੀ ਦੇਰ ਵਾ ਪੀਪਲ ਇਨ ਇਟ ਸੋ ਮੈਨੂੰ ਲੱਗਦਾ ਜਦੋਂ ਕਾਂਗਰਸ ਗਵਰਨਮੈਂਟ ਆਈ ਸੀ ਉਦੋਂ ਉਹਨਾਂ ਨੇ ਕਿਹਾ ਸੀ ਸਾਡੇ ਬਈ ਅਕਾਲੀਆਂ ਨੇ ਡਬਾਤਾ ਜੀ ਸਰਕਾਰ ਇਹਨੂੰ ਇੰਨਾ ਕਰਜ਼ਾ ਪੰਜਾਬ ਦੇ ਸੂਬੇ ਦੇ ਉੱਤੇ ਤੇ ਅੱਜ ਉਸ ਤੋਂ ਬਾਅਦ ਹੈਗਾ ਤੇ who is responsible for that اور اس ਤੋਂ ਉੱਪਰ ਤੁਸੀਂ فری ਬੀਜ਼ ਅਨਾਉਂਸ ਕਰ ਰਹੇ ਹੋ ਠੀਕ ਹੈ ਜੇ ਤੁਹਾਡਾ ਬਜਟ ਅਲਾਉ ਕਰਦਾ ਤੁਸੀਂ ਯੂ ਕੈਨ ਡੂ ਇਟ ਪ੍ਰੈਕਟੀਕਲੀ ਕਿਦੋਂ ਚੀਜ਼ ਸਵਿਚ ਆਨ ਸਵਿਚ ਆਫ ਕਰਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਲੋਕਾਂ ਦਾ ਵੈਲਫੇਅਰ ਹੋਣਾ ਚਾਹੀਦਾ ਲੋਕਾਂ ਨੂੰ ਚੀਜ਼ਾਂ ਮਿਲਣੀਆਂ ਚਾਹੀਦੀਆਂ ਲੇਕਿਨ ਤੁਸੀਂ ਜੇ ਵਾਦਾ ਕਰਦੇ ਹੋ ਤੁਸੀਂ ਟਾਈਮ ਬਾਉਂਡ ਤਰੀਕੇ ਨਾਲ ਉਹਨੂੰ ਪੂਰਾ ਕਰੋ ਬਿਲਕੁਲ ਤੁਸੀਂ ਗੱਲ ਕੀਤੀ ਹੈ ਕਿ ਰੈਡ ਟ੍ਰੇਸ ਤੇ ਪੈ ਜਾਂਦੇ ਕੇਜਰੀਵਾਲ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਨਕਲੀ ਕੇਜਰੀਵਾਲ ਘੁੰਮ ਰਿਹਾ ਮੈਂ ਐਲਾਨ ਕਰਦਾ ਫਿਰ ਉਹ ਐਲਾਨ ਕਰ ਦਿੰਦੇ ਨੇ ਪਰ ਇਸ ਸਬਦੇ ਦਰਮਿਆਨ ਜਦੋਂ ਮੁਫਤ ਦੀਆਂ ਗੱਲਾਂ ਹੋ ਰਹੀਆਂ ਵੀ ਇਹ ਮੁਫਤ ਮਿਲ ਸਕਦਾ ਹੈ ਇਹ ਮੁਫਤ ਮਿਲ ਸਕਦਾ ਹੈ ਤੇ ਵਿਕਾਸ ਦੀ ਗੱਲ ਪਿੱਛੇ ਡੈਫੀਨਿਟਲੀ ਮੈਨੂੰ ਲੱਗਦਾ ਕਿ ਤੁਸੀਂ ਲੋਕਾਂ ਨੂੰ ਜਿਵੇਂ ਤੁਸੀਂ ਕਿਹਾ ਕਿ ਮੈਂ ਤੁਸੀਂ ਵੀ ਹੁਣ ਇੱਕ ਸ਼ੋਅ ਕਰਕੇ ਆਏ ਸੀ ਪਿੰਡਾਂ ਦੇ ਵਿੱਚ ਜਾ ਕੇ ਕੀ ਇਮ ਅਨਪਲੋਇਮੈਂਟ ਦੀ ਲੋ ਗੱਲ ਕਰਦੇ ਆ ਅੱਜ ਕਿਉਂ ਇੰਨਾ ਜ਼ਿਆਦਾ ਡレイン ਆਊਟ ਹੋ ਰਿਹਾ ਹੈ ਯੂਥ ਸਾਡਾ ਹਾਈਲਸ ਕਰ ਰਿਹਾ ਹੈ ਔਰ ਬਾਹਰ ਜਾ ਰਿਹਾ ਕਿਉਂਕਿ ਇਥੇ ਓਪਰਚ्युनिटीज ਨਹੀਂ ਹੈ ਇਮਪਲੋਇਮੈਂਟ ਜਨਰੇਸ਼ਨ ਨਹੀਂ ਕੀਤੀ ਇਹਨਾਂ ਨੇ ਔਰ ਇਹੋ ਚੀਜ਼ ਨੂੰ ਆਈ ਥਿੰਕ ਲੁਕਰੇਟਿਵਲੀ ਮੰਨ ਲੈਂਦੇ ਹੈ ਕਈ ਲੋਕ ਕਿ ਹਾਂ ਇਸ ਚੀਜ਼ ਨੂੰ ਐਕਸਪਲੋਇਟ ਕਰਕੇ ਤੁਸੀਂ ਇਹਨਾਂ ਨੂੰ ਫ੍ਰੀ ਬੀਜ਼ ਦੀ ਯਾਤਪਾਦੋ ਤੁਸੀਂ ਫ੍ਰੀ ਪੀਸ ਦੀ ਯਾਤਪਾਦਤੀ ਹੈ ਠੀਕ ਹੈ ਨੋ ਇਸ਼ੂਸ ਲੇਕਿਨ ਮਤਲਬ ਐਂਡ ਕੀ ਹੈ ਇਸ ਚੀਜ਼ ਦਾ ਜੇ ਆਵਾਮੀ ਪਾਰਟੀ ਨੇ ਵੀ ਅਨਾਉਂਸਮੈਂਟ ਕੀਤੀ ਹੈ ਕਿ ਹਾਂ ਅਸੀਂ ਕਰਾਂਗੇ ਇਫ ਦੇ ਫਾਰਮ ਗਵਰ ਤੇ ਮਤਲਬ ਹਾਲੇ ਲੰង ਵੇ ਟੂ ਗੋ ਹੈ ਵੀ ਲੋਕ ਸਰਕਾਰ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਉਹਨਾਂ ਦੀ ਲੇਕਿਨ ਇਹ ਉਹੀ ਰੇਸ ਹੈ ਜਿਹਦੇ ਚ ਸਾਰੇ ਪਏ ਹੋਏ ਆ ਚੰਨਜੀ ਚੰਨੀ ਤੋਂ ਉਹਨਾਂ ਨੇ ਕੀ ਆ ਵੀ ਹਾਂ ਇਹ ਮਤਲਬ ਨਾਮ ਤੇ ਨਹੀਂ ਲਿਆ ਲੇਕਿਨ ਇੰਡਾਇਰੈਕਟਲੀ ਕੀ ਆ ਉਹਨਾਂ ਨੇ ਕਿ ਉਹ ਇੱਕ ਨਕਲੀ ਕੇਜੀਵਾਲ ਬਣ ਕੇ ਕੁੰਮਰੇ ਨੇ ਕਿਉਂਕਿ ਆਫਟਰ ਲੋਟ ਆਫ ਟਾਈਮ ਪੰਜਾਬ ਦੇ ਵਿੱਚ ਇੱਕ ਲੋ ਪਰਫਾਈਲ ਚੀਫ ਮਿਨਿਸਟਰ ਹੈ ਨਾਰਮਲੀ ਆਪਾਂ ਦੇਖਿਆ ਵੀ ਬਾਦਲ ਫੈਮਿਲੀ ਜੋ ਕੋ ਹੁੰਦਾ ਹੈ ਜਾਂ ਕੈਪਟਨ ਹਮੇਸ਼ਾ ਰਹਿੰਦੇ ਨੇ ਕਾਂਗਰਸ ਵੱਲੋਂ ਤੇ ਲੋ ਪਰਫਾਈਲ ਚੀਫ ਮਿਨਿਸਟਰ ਨੇ ਉਹ ਲੋਕਾਂ ਚ ਜ਼ਿਆਦਾ ਵਿਚਰਦੇ ਨੇ ਐਕਸ ਜਿਦਾ ਆਏਗਾ ਤਾਂ ਆਈ ਥਿੰਕ ਉਹਨੂੰ ਲੱਗਦਾ ਹੋਏਗਾ ਲੇਕਿਨ ਓਵਰਆਲ ਮੈਨੂੰ ਲੱਗਦਾ ਵੀ ਜੇ ਲੋਗਾਂ ਦੀ ਗੱਲ ਕਰੀਏ ਤੇ ਜੋ ਵੀ ਫਰੀਬੀਸ ਜੋ ਵੀ ਤੁਸੀਂ ਇਦਾਂ ਦੀਆਂ ਅਨਾਊਂਸਮੈਂਟਸ ਕਰਦੇ ਹੋ ਇਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਕੁਝ ਖੇਤਿਆਂ ਤੇ ਕੁਝ ਵਰਗਾਂ ਤੇ ਇਹਨਾਂ ਮੁਫਤ ਵਾਲੀ ਜਿਹੜੀ ਵਾਅਦਿਆਂ ਦਾ ਅਸਰ ਜ਼ਰੂਰ ਹੁੰਦਾ ਹੋਵੇਗਾ ਪਰ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਲੋਕ ਵੱਡੇ ਪੱਧਰ ਤੇ ਰੋਜ਼ਗਾਰ ਦੀ ਮੰਗ ਕਰ ਰਹੇ ਨੇ ਜਿਹੜੇ ਉਹਨਾਂ ਦੇ ਵੱਡੇ ਮਸਲੇ ਨੇ ਜੇਕਰ ਆਪਾਂ ਨਸ਼ੇ ਦੀ ਗੱਲ ਕਰੀਏ ਤਾਂ ਉਹ ਮਸਲਾ ਸੁਲਝਾਉਣ ਦੀ ਮੰਗ ਕਰ ਰਹੇ ਨੇ ਉਹ ਪੈਸੇ ਦੇ ਕੇ ਆਪਣੀਆਂ ਚੀਜ਼ਾਂ ਖਰੀਦਣ ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਨੇ ਜਦੋਂ ਕਿ ਨਾ ਕਿ ਮੁਫਤ ਵਾਲੀ ਉਹ ਸਪਸ਼ਟ ਕਹਿ ਰਹੇ ਨੇ ਕਿ ਮੁਫਤ ਖੋਰੀ ਦੀ ਆਦਤ ਸਾਨੂੰ ਨਾ ਪਾਈ ਜਾਏ ਪਰ ਫਿਰ ਵੀ ਲਗਾਤਾਰ ਸਿਆਸੀ ਧਿਰਾਂ ਦੇ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਇੱਕ ਤੋਂ ਬਾਅਦ ਇੱਕ ਹਰ ਸਿਆਸੀ ਇਸ ਤਰ੍ਹਾਂ ਦੇ ਵਾਅਦੇ ਕਰਦੇ ਨੇ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਜਿਹੇ ਕਿਹੜੇ ਵਾਅਦੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਉਹ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਅਤੇ ਰੁਕ ਦੇ ਚੜਜੇ ਬ੍ਰੇਕ ਦੇ ਲਈ ਪਰ ਤੁਸੀਂ ਦੇਖਦੇ ਰਹੋ এবੀਪੀ ਸੰਜਾ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ 2022 ਤੇ ਨੇ ਹਰ ਸਿਆਸੀ ਧਿਰ ਹਰ ਲੀਡਰ ਪੱਬਾਂ ਪਾ ਰਿਹਾ ਕਿ ਕਿਵੇਂ ਨਾ ਕਿਵੇਂ ਸੱਤਾ ਵਾਲੀ ਕੁਰਸੀ ਤੱਕ ਪਹੁੰਚਿਆ ਜਾਏ ਵਾਦੇ ਦਾਅਵੇ ਹੋ ਰਹੇ ਨੇ ਜਨਤਾ ਦੇ ਨਾਲ ਫਿਰ ਚਾਹੀਓ ਕੋਈ ਵੀ ਪਾਰਟੀ ਕਿਉਂ ਨਾ ਹੋਵੇ ਆਮ ਆਦਮੀ ਪਾਰਟੀ ਵੀ ਐਲਾਨ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਕਰ ਚੁੱਕੀ ਹੈ ਕਾਂਗਰਸ ਜੋ ਸੱਤਾ ਤੇ ਹੈ ਉਹ ਆਪਣੇ ਪੁਰਾਣੇ ਵਾਦੇ ਵਫਾ ਕਰ ਰਹੀ ਹੈ ਤੇ ਨਾਲ ਨਾਲ ਅੱਗੇ ਦੇ ਲਈ ਵੀ ਵਾਦੇ ਅਤੇ ਦਾਅਵਿਆਂ ਦੀ ਛੜੀ ਲਾ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਉਹਨਾਂ ਨੇ ਵੀ ਬਿਜਲੀ ਵਾਲੀ ਜਿਹੜੀ ਗੱਲ ਜਿਵੇਂ ਕੇਜਰੀਵਾਲ ਕਹਿ ਕੇ ਗਏ ਕਿ 300 ਜਿਹ ਉ ਮੁਫਤ ਮਿਲੇਗੀ ਤਾਂ ਅਕਾਲੀ ਦਲ ਨੇ ਕਹਿ ਦਿੱਤਾ 400 ਮਿਲੇਗੀ ਨਾਲ ਹੀ ਉਹਨਾਂ ਨੇ ਖੇਤੀ ਲਈ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਡੀਜ਼ਲ ਤੇ ਵੈਟ ਹੈ ਉਹ 10 ਰੁਪਏ ਘਟਾਇਆ ਜਾਏਗਾ ਨਾਲ ਹੀ ਉਹਨਾਂ ਨੇ ਸਨਮਾਨ ਪੱਤੇ ਦੀ ਵੀ ਗੱਲ ਕਰ ਦਿੱਤੀ ਕਿ ਮਹਿਲਾਵਾਂ ਨੂੰ ਜੋ ਨੀਲੇ ਕਾੜ ਤਾਰਕ ਪਰਿਵਾਰਾਂ ਦੀ ਮੁਖੀ ਮਹਿਲਾਵਾਂ ਨੇ ਉਹਨਾਂ ਨੂੰ ਵੀ ਜਿਹੜਾ ਸਨਮਾਨ ਪੱਤਾ ਮਿਲੇਗਾ ਇਸ ਤਰ੍ਹਾਂ ਦੇ ਪੱਤੇ ਤੇ ਜਿਹੜੇ ਵਾਅਦੇ ਨੇ ਉਹਨਾਂ ਦੇ ਵਿੱਚ ਮਤਲਬ ਕੋਈ ਵੀ ਪਾਰਟੀ ਪਿੱਛੇ ਨਹੀਂ ਰਹਿ ਰਹੀ ਦੇਖੋ ਮੈਂ ਪਹਿਲਾਂ ਹੀ ਕਿਹਾ ਸੀ ਕੈਟੈਗੋਰਿਕਲੀ ਵੀ एवरीवन ਇਜ਼ ਓਨ ਸੇਮ ਪੇਜ ਅਸੀਂ ਕਿਸੇ ਪਾਰਟੀ ਨੂੰ ਸਿੰਗਲ ਆਊਟ ਨਹੀਂ ਕਰ ਰਹੇ ਵੀ ਇਹ ਵਾਅਦੇ ਕਰ ਰਹੀ ਹੈ ਕਰ ਰਹੀ ਹਰ ਪ ਹੋਏ ਚਾਹੇ ਸ਼੍ਰੋਮਣੀ ਕਾਲੀ ਦਲ ਹੋਵੇ ਸੋ ਹੁਣ ਇਲੈਕਸ਼ਨ ਸੀਜ਼ਨ ਹੈ ਤੇ ਹਮੇਸ਼ਾ ਹੀ ਇਸ ਦੇਖਦੇ ਆ ਜਦੋਂ ਇਲੈਕਸ਼ਨ ਰਾਉਂਡ ਦ ਕਾਰਨ ਹੁੰਦਾ ਹੈ ਪੋਲਿਟੀਕਲ ਪਾਰਟੀਆਂ ਬਾਹਰ ਆਉਂਦੀਆਂ ਨੇ ਅਨਾਉਂਸਮੈਂਟਸ ਕਰਦੀਆਂ ਨੇ ਜੇ ਕਿਸੇ ਦੂਜੇ ਪਾਰਟੀ ਨੇ ਕਰਤਾ ਤੇ ਇੱਕ ਸੈਂਸ ਆਫ ਕੰਪੀਟੀਸ਼ਨ ਚ ਲੈ ਜਾਂਦੀਆਂ ਨੇ ਫਿਰ ਉਸ ਤੋਂ ਵਧਾ ਕੇ ਕਰਦੀਆਂ ਨੇ ਸੋ ਮਤਲਬ ਬ੍ਰਾਡਰ ਆਸਪੈਕਟ ਤੇ ਹੈ ਪਹਿਲੀ ਗੱਲ ਵੀ ਤੁਹਾਡੇ ਕੋ ਫਾਈਨਾਂਸਿਸ ਕਿੱਥੋਂ ਆਉਣਗੇ ਦੂਸਰੀ ਗੱਲ ਜੋ ਤੁਸੀਂ ਕਹਿ ਰਹੇ ਹੋ ਉਹਦੀ ਉਹਦੀ ਕੀ ਗਾਰੰਟੀ ਹੈ ਕਿ ਤੁਸੀਂ ਪੂਰਾ ਕਰੋਗੇ ਕਿਉਂਕਿ ਕਈ ਵਾਰੀ ਕਿਹਾ ਗਿਆ ਹੈ ਕਿ ਮੈਨੀਫੈਸਟੋਸ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਏ ਕਿ ਕੋਈ ਵੀ ਪਾਰਟੀ ਡਿਊਟੀ ਬਾਉਂਡ ਹੋਣੀ ਚਾਹੀਦੀ ਹੈ ਕਿ ਜੋ ਵੀ ਉਹਨੇ ਪੰਜਾਬ ਦੇ ਲੋਕਾਂ ਨਾਲ ਜਾਂ ਕਿਸੇ ਵੀ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਇਹਨਾਂ ਨੂੰ ਪੂਰਾ ਕੀਤਾ ਜਾਏ ਲੇਕਿਨ ਇਦਾਂ ਦਾ ਨਹੀਂ ਹੋਇਆ ਔਰ ਕਾਂਗਰਸ ਗਵਰਨਮੈਂਟ ਜਿਹੜੀ ਚੱਲ ਰਹੀ ਹੈ ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਜੋ ਵੀ ਇਹਨਾਂ ਨੇ ਪ੍ਰੋਮਿਸ ਕੀਤਾ ਸੀ 2017 ਦੇ ਮੈਨੀਫੈਸਟੋ ਚ ਉੱਚ ਕਾਫੀ ਚੀਜ਼ਾਂ ਪੂਰੀਆਂ ਨਹੀਂ ਹੋਈਆਂ ਔਰ ਇਹ ਅਜੇ ਨਹੀਂ ਕਹਿ ਰਹੇ ਇਹਨਾਂ ਦੇ ਖੁਦ ਦੇ ਐਮ.ਐਲ.ਏ ਕਹਿ ਰਹੇ ਆ ਜਦੋਂ ਕੈਪਟਨ ਮੁੰਦਰ ਸਿੰਘ ਦੇ ਖਿਲਾਫ ਚਿੰਦਾ ਚੁ ਵਾਦੇ ਲੋਕਾਂ ਕਰਕੇ ਐਸੀ ਅਸੀਂ ਪੂਰੀ ਨਹੀਂ ਕੀਤੀ ਅਸੀਂ ਲੋਕਾਂ ਦੇ ਵਿੱਚ ਕਿੱਦਾਂ ਜਾਵਾਂਗੇ ਸੋ ਇਹ ਇਮਪ੍ਰੈਸ਼ਨ ਕਾਂਗਰਸ ਪਾਰਟੀ ਨੇ ਖੁਦ ਦਿੱਤਾ ਸੀਗਾ ਠੀਕ ਹੈ ਨਾ ਸੋ ਮਤਲਬ ਐਂਡ ਆਫ ਦਿ ਡੇ ਪੋਲਿਟਿਕਸ ਤੁਸੀਂ ਕਹਿੰਦੇ ਹੋ ਵੀ ਅਸੀਂ ਲੋਕਾਂ ਦੀ ਬੈਟਰਮੈਂਟ ਲਈ ਕਰਨੀ ਹੈ ਠੀਕ ਹੈ ਵੀ ਡੋਟ ਡਾਊਟ ਯਰ ਇੰਟੈਂਟ ਲੇਕਿਨ ਮੈਨੇਜ ਜਜ ਬਾਈ ਐਕਸ਼ਨਸ ਨਾਟ ਇੰਟੈਂਸ਼ਨਸ ਮੀ ਤੁਹ ਤੁਸੀਂ ਕਰ ਰਹੇ ਹੋ ਸੋ ਜੇ ਤੁਸੀਂ ਵਾਦੇ ਕਰਕੇ ਪੂਰੇ ਨਹੀਂ ਕਰ ਰਹੇ ਹੋ ਚਾਹੇ ਉਹ ਸ਼ਰਮਨੀਆ ਕਲੀਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਫਿਰ ਲੋਕ ਕਿਸੇ ਨੂੰ ਪਸੰਦ ਨਹੀਂ ਕਰਨਗੇ ਇਸ ਹਾਲਾਤ ਦੇ ਵਿੱਚ ਬਿਲਕੁਲ ਸਾਰੀ ਸਿਆਸੀ ਧਿਰਾਂ ਦੇ ਵੱਲੋਂ ਲਗਾਤਾਰ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਪਰ ਜੇਕਰ ਆਪਾਂ ਬੀਜੇਪੀ ਦੀ ਗੱਲ ਕਰ ਲਈਏ ਉਹਨਾਂ ਨੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਕੇ ਮਾਸਟਰ ਸਟੋਕ ਖੇਡਿਆ ਚੋਣਵੀ ਮਜਬੂਰੀ ਵੀ ਉਸਨੂੰ ਕਿਹਾ ਜਾ ਰਿਹਾ ਹੈ ਤੇ ਹੁਣ ਕੀ ਲੱਗਦਾ ਪੰਜਾਬ ਦੇ ਵਿੱਚ ਬੀਜੇਪੀ ਦੀ ਸਥਿਤੀ ਕਿਹੋ ਜਿਹੀ ਰਹਿਣ ਵਾਲੀ ਹੈ ਦੇਖੋ ਡੈਫੀਨਿਟਲੀ ਕਿਉਂਕਿ ਡੈਡਲੌਕ ਬਣਿਆ ਹੋਇਆ ਸੀਗਾ ਕਿ ਹਾਂ ਫਾਰਮ ਲਾ ਉਸ ਨੂੰ ਲੈ ਕੇ ਵੀ ਕਿਸਾਨਾਂ ਨੂੰ ਪਸੰਦ ਨਹੀਂ ਸੀਗੇ ਫਾਰਮ ਲਾ ਉਸ ਕੀ ਜੋ ਵੀ ਹੋ ਕੀਤਾ ਜਾ ਰਿਹਾ ਉਹਨਾਂ ਨੂੰ ਲੱਗਦਾ ਸੀ ਸਾਡੀ ਬੈਟਰਮੈਂਟਲੀ ਨਹੀਂ ਹੈ ਲੰਬਾ ਇੰਜੀਸ਼ਨ ਚੱਲਿਆ ਔਰ ਇੱਕ ਇੱਕ ਵਿਕਟਰੀ ਹੋਈ ਫਾਰਮਰਸ ਦੀ ਕੀ ਪ੍ਰਾਈਮ ਮਿਨਿਸਟਰ ਨੇ ਕੋਡ ਨਾ ਉਸਕੀ ਤਾਂ ਅਪਾਲੋਜੀ ਕੀਤੀ ਹੋਰ ਕਿ ਆ ਵੀ ਫਾਰਮ ਲਾ ਉਸ ਵਿਡਰੋ ਕਰ ਰਹੇ ਹਨ ਜਿਹੜਾ ਪਾਰਲੀਮੈਂਟਰੀ ਸੈਸ਼ਨ ਆਏਗਾ 29 ਤਰੀਕ ਨੂੰ ਲੇਕਿਨ ਠੀਕ ਹੈ ਮਤਲਬ ਬੀਜਪੀ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਟੈਸਟ ਸਣੇ ਪਏ ਬਹੁਤ ਜ਼ਿਆਦਾ ਗੁੱਸਾ ਸੀ ਲੋਕਾਂ ਦੇ ਵਿੱਚ ਔਰ ਡੈਫੀਨਿਟਲੀ ਕਿਉਂਕਿ ਐਗਰੀਰੀਅਨ ਸੋਸਾਇਟੀ ਬਹੁਤ ਜ਼ਿਆਦਾ ਡਿਪੈਂਡ ਕਰਦੇ ਆਂ ਆਪਾਂ ਐਗਰੀਕਲਚਰ ਦੇ ਉੱਤੇ ਤੇ ਲੋਕਾਂ ਨੇ ਵਿਰੋਧ ਕੀਤਾ ਇਸ ਡਿਸੀਜਨ ਦਾ ਲੇਕਿਨ ਹੁਣ ਕਿਉਂਕਿ ਖੇਤੀ ਕਾਨੂੰਨ ਕੀਆ ਗਿਆ ਕਿ ਇਹ ਰੀਪੀਲ ਕਰਾਂਗੇ ਤੇ ਡੈਫੀਨਿਟਲੀ ਬੀਜਪੀ ਦੇ ਲੀਡਰਸ ਬਾਹ ਕਰਨ ਸਭ ਕੁਝ ਕਰਨਗੇ ਇਲੈਕਸ਼ਨ ਹੈ ਲੇਕਿਨ ਮੈਨੂੰ ਲੱਗਦਾ ਹੈ ਡਿਫਿਕਲਟ ਇਸ ਲਈ ਥੋੜਾ ਰਹੇਗਾ ਹਾਲੇ ਤੱਕ ਡੈਡਲੌਕ ਕਿਉਂਕਿ ਬਣਿਆ ਹੋਇਆ ਕਿਉਂਕਿ ਸਯੁਕਤ ਕਿਸਾਨ ਮੋਰਚਾ ਨੇ ਜੋ ਗਲਤੀ ਕੀਤੀ ਹੈ ਕਿ ਉਹਨਾਂ ਨੇ ਜਿਹੜੀਆਂ 6 ਹੋਰ ਡਿਮਾਂਡਸ ਕੀਤੀਆਂ ਨੇ ਜਿਹੜੇ ਓਪਨ ਲੈਟਰ ਲਿਖਿਆ ਪ੍ਰਾਈਮ ਮਿਨਿਸਟਰ ਨੂੰ ਉਹਦੇ ਵਿੱਚ ਵੀ ਤੁਸੀਂ ਸਾਨੂੰ ਐਮਐਸਪੀ ਦੀ ਗਾਰੰਟੀ ਨਹੀਂ ਕਰੋਗੇ ਇਲੈਕਟ੍ਰਿਸਿਟੀ ਅਮੰਡਮੈਂਟ ਬਿਲ ਰੱਦ ਨਹੀਂ ਕਰੋਗੇ ਤੁਸੀਂ ਕੇਸਿਸ ਜਿਹੜੇ ਰਜਿਸਟਰ ਹੋਏ ਆਲਓਵਰ ਇੰਡੀਆ ਅਗੇ ਸਫਾ ਮਾਜ਼ੂਰ ਰੱਦ ਨਹੀਂ ਕਰੋਗੇ ਇਸ ਟ੍ਰਬਲ ਬਰਨਿੰਗ ਜਿਹੜੀ ਪੈਨਲਾਈਜ਼ੇਸ਼ਨ ਦੀ 엘ਮੈਂਟ ਹੈਗਾ ਉਹਨੂੰ ਹਟਾਓਗੇ ਨਹੀਂ ਲਕੀਨਪੁਰ ਵਾਲੇ ਕੇਸ ਤੇ ਐਕਸ਼ਨ ਨਹੀਂ ਚੰਗੀ ਤਰ੍ਹਾਂ ਲਓਗੇ ਤਾਂ ਤਦ ਤੱਕ ਮਤਲਬ ਅਸੀਂ ਬੈਕ ਆਫ ਨਹੀਂ ਕਰਾਂਗੇ ਹਾਲਾਂਕਿ ਉਹਨਾਂ ਨੇ ਪ੍ਰਾਈਮਰਿਸ ਨੁਕਲੀਅਰ ਮੈਸੇਜ ਦਿੱਤਾ ਕਿ ਸਾਨੂੰ ਸ਼ੌਕ ਨਹੀਂ ਹੈ ਅਸੀਂ ਸੜਕਾਂ ਤੇ ਇੱਥੇ ਰਹੀਏ ਆ ਕਿ ਆਪਣੇ ਘਰ ਪਰ ਛੱਡ ਕੇ ਅਸੀਂ ਵੀ ਘਰ ਪਰਿਵਾਰਾਂ ਚ ਜਾਣਾ ਚਾਹੁੰਦੇ ਆ ਲੇਕਿਨ ਜਦ ਤੱਕ ਇਹ ਨਹੀਂ ਹੋਏਗਾ ਤਾਂ ਅਸੀਂ ਨਹੀਂ ਹਟਾਂਗੇ ਸੋ ਓਵਰ ਆਲ ਬੀਜਪੀ ਮੈਨੂੰ ਲੱਗਦਾ ਵੀ ਦੇ ਹੈਵ ਕਵਰਡ ਹਾਫ ਅ ਮਾਈਲ ਇੱਕ ਸਿਚੁਏਸ਼ਨ ਬਣ ਗਈ ਹੈ ਵੀ ਐਟ ਲੀਸਟ ਇੱਕੋ ਕਹਿ ਸਕਦੇ ਹਾਂ ਅਸੀਂ ਰੱਦ ਕਰ ਰਹੇ ਹਾਂ ਕਾਨੂੰਨ ਲੇਕਿਨ ਜੇ ਤੁਸੀਂ ਕੋਈ ਕਨਫਰੋਨਟੇਸ਼ਨ ਹਲੇ ਥੋੜਾ ਘਟੇਗਾ ਜ਼ਰੂਰ ਲੇਕਿਨ ਜੇ ਕੋ ਬਿਲਕੁਲ ਬੈਕ ਆਫ ਕਰਕੇ ਨਹੀਂ ਕਿਸਾਨਾਂ ਦਾ ਨਹੀਂ ਕੱਲ ਸਾਨੂੰ ਕਲੀਅਰ ਸਿਗਨਲ ਮਿਲਿਆ ਲਖਨਊ ਦੇ ਵਿੱਚ ਤੋਂ ਮਹਾਪੰਚਾਇਤ ਹੋਈ ਉਥੇ ਕਿਸਾਨ ਲੀਡਰਸ ਨੇ ਕੈਟੇਗੋਰਿਕਲੀ ਕਿ ਆ ਵੀ ਜਦ ਤੱਕ ਸਾਰੀਆਂ ਬਰਕੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਸੀਂ ਨਹੀਂ ਕਰਾਂਗੇ ਬੈਕ ਆਫ ਸੋ ਹਾਲਾਂਕਿ ਪੰਜਾਬ ਪੋਲ ਵਿਲ ਬੀ ਵੈਰੀ ਇੰਟਰਸਟਿੰਗ ਥਿਸ ਟਾਈਮ ਕਿਉਂਕਿ ਭਾਜਪੀ ਕੱਲ ਹੀ ਲੜੇਗੀ 117 ਤੇ ਔਰ ਅਕਾਲੀ ਦਲ ਵੀ ਕਾਫੀ دیر ਬਾਅਦ 117 ਤੇ ਪਹਿਲੀ ਵਾਰੀ ਲੜੇਗੀ ਔਰ ਕਾਂਗਰਸ ਕਿਉਂਕਿ ਐਂਡਿੰਗ ਦਾ ਮੈਸੀ ਵੀ ਫੇਸ ਕਰੇਗੀ ਔਰ ਆਮ ਆਦਮੀ ਪਾਰਟੀ ਵੀ ਪੂਰੀ ਦੇ ਲੋਕ ਸਮਝਦਾਰ ਨੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਇਹਨਾਂ ਫਰੀ ਬੀਜ਼ ਦੇ Trap ਦੇ ਵਿੱਚ ਆਉਂਦੇ ਨੇ ਕਿ ਤੁਸੀਂ ਉਹਨਾਂ ਦੀ ਗਵਰਨੈਂਸ ਅਜੇ ਅਸਟਰਨਲ ਨੇ ਕੰਮ ਕੀਤਾ ਐਕਚੁਅਲੀ ਔਨ ਗਰਾਉਂਡ ਉਹਨੂੰ ਵੋਟ ਪਾਉਂਦੇ ਨੇ ਸੇ that has to be decided by the people of Punjab ਬਿਲਕੁਲ ਕਿਉਂਕਿ ਕਿਸਾਨੀ ਸੰਘਰਸ਼ ਜਦੋਂ ਚੱਲਿਆ ਤਾਂ ਲੋਕਾਂ ਨੇ ਸਵਾਲ ਪੁੱਛਣੇ ਵੀ ਸ਼ੁਰੂ ਕੀਤੇ ਉਹ ਹੁਣ ਵੀ ਚਾਹੇ ਉਹ ਸੁਭਾਈ ਪਾਰਟੀਆਂ ਹੋਣ ਜਾਂ ਫਿਰ ਬੀਜੇਪੀ ਹੋਵੇ ਲਗਾਤਾਰ ਉਹ ਕਹ ਰਹੇ ਨੇ ਕਿ ਜਦੋਂ ਉਹਨਾਂ ਦੇ ਬੂਹੇ ਤੇ ਕੋਈ ਲੀਡਰ ਆਏਗਾ ਤਾਂ ਸਵਾਲ ਜ਼ਰੂਰ ਪੁੱਛਣਗੇ ਪਰ ਇਧਰ ਵਾਅਦਿਆਂ ਤੇ ਦਾਅਵਿਆਂ ਦੀ ਝੜੀ ਵੀ ਲੱਗੀ ਹੈ ਲਿਹਾਜ਼ਾ ਲੋਕ ਸਵਾਲ ਇਹ ਵੀ ਪੁੱਛਣਗੇ ਕਿ ਜੋ ਵਾਅਦੇ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਵਫਾ ਕਿਵੇਂ ਕਰੋਗੇ ਕਦੋਂ ਕਰੋਗੇ ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਪਰ ਤੁਸੀਂ ਦੇਖਦੇ ਰਹੋ এবੀਪੀ ਸੰਜਾ